ਆਓ ਜੀ ਜਾਉਂਡੀਅਰ ਵਾਲਿਆਂ ਦੀ ਕੰਬਾਈਨ ਤੁਹਾਨੂੰ ਦਿਖਾ ਦਈਏ ਫਿਰ ਅੱਜ ਇੱਕੇ ਕੰਬਾਈਨ ਦਿਖਾਉਣੀਆਂ ਅਤੇ ਆਹ 10-35 ਆ ਗਿਆ ਵੀਰੇ ਇਹ ਤਾਂ ਪੁਰਾਣੀ ਚੱਲਦਾ ਹੀ ਆਉਂਦਾ ਇਹਨਾਂ ਦਾ ਰੀਤ ਪੁਰਾਣੀ ਅਤੇ ਉਹ ਬਾਈ ਜੀ ਹੁਣ ਅਸੀਂ ਪਹੁੰਚ ਕੇ ਨਿਊ ਹੋਲੈਂਡ ਵਾਲਿਆਂ ਦੇ ਨਿਊ ਹੋਲੈਂਡ ਵਾਲੇ ਦੀ ਕੰਬਾਈਨ ਖੜ੍ਹੀ ਇੱਕ ਤਾਂ ਵੱਡੀ ਚੜ ਕੇ 56 ਯਾਰ ਮੈਨੂੰ ਬਾਲਾ ਘੈਂਟ ਟਰੈਕਟਰ ਲੱਗਦਾ ਯਾਰ ਇਹ ਬਾਲਾ ਸਿਰਾ ਟਰੈਕਟਰ ਲੱਗੀ ਜਾਂਦਾ ਮੈਨੂੰ ਇਹ ਲਵਾਂਗੇ ਇਹਨੂੰ ਆਪਾਂ ਕਿਸੇ ਟਾਈਮ 'ਚ ਅਤੇ 56 CRDI ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਥੋੜ੍ਹਾ ਨਵੀਂ ਵੀਡੀਓ ਅਤੇ ਨਵੇਂ ਬਲੌਗ 'ਚ ਬਹੁਤ ਬਹੁਤ ਸਵਾਗਤ ਹੈ ਸੋ ਖੇਤ ਆਏ ਹੋਏ ਸੀ ਮੋਟਰ ਆਏ ਹੋਏ ਸੀ ਸੋ ਬਲੌਗ ਬਣਾ ਰਿਹਾ ਸੀ ਬਲੌਗ ਜਦੋਂ ਮੈਂ ਫੋਨ ਦੇ ਵਿੱਚ ਦੇਖੇ ਬਹੁਤ ਸਾਰੇ ਬਲੌਗ ਬਣੇ ਪਏ ਸੀ ਬਾਬਿਓ ਅਤੇ ਪਾਉਣ ਦਾ ਟਾਈਮ ਨਹੀਂ ਸੀ ਲੱਗ ਰਿਹਾ ਅਤੇ ਅਪਲੋਡ ਕਰਨ ਦਾ ਟਾਈਮ ਨਹੀਂ ਸੀ ਲੱਗ ਰਿਹਾ ਐਡਿਟ ਕਰਨ ਦਾ ਟਾਈਮ ਨਹੀਂ ਸੀ ਲੱਗ ਰਿਹਾ ਕਿਉਂਕਿ ਤੁਹਾਨੂੰ ਪਤਾ ਹੀ ਆ ਵਿਆਹ ਸ਼ਾਦੀਆਂ ਦੇ ਸੀਜ਼ਨ ਚੱਲ ਰਹੇ ਸੀ ਆਪਣੇ ਸ਼ੋਅਜ਼ ਵੀ ਚੱਲ ਰਹੇ ਸੀਗੇ ਸੋ ਹੁਣ ਮੈਂ ਅੱਜ ਮੋਟਰ 'ਤੇ ਫ੍ਰੀ ਬੈਠਾ ਸੀ ਸੋ ਮੈਂ ਦੇਖੇ ਸਾਰੇ ਅਤੇ ਨਾ ਮੈਨੂੰ ਪਹਿਲਾਂ ਮੈਂ ਸੋਚੀ ਆ ਮੈਂ ਬਲੌਗ ਪਾ ਦੇਵਾਂ ਹੁਣ ਵਾਲਾ ਨਾ ਪਾਵਾਂ ਪਾਵਾਂ ਨਾ ਪਾਵਾਂ ਅਤੇ ਫਿਰ ਮੈਂ ਕਿਹਾ ਚਲੋ ਜਦੋਂ ਬਣਾਇਆ ਤਾਂ ਪਾ ਦਈਏ ਇਹ ਸਭਾ ਦਾ ਸ਼ਹੀਦੀ ਜੋੜ ਮੇਲ 'ਤੇ ਬਲੌਗ ਬਣਾਇਆ ਸੀ ਜਿਹੜੀ ਮਸ਼ੀਨਰੀ ਆਈ ਸੀ ਫਤਿਹਗੜ੍ਹ ਸਾਹਿਬ ਮਸ਼ੀਨਰੀ ਲੱਗੀ ਸੀ ਥੋੜ੍ਹੀ ਜਿਹੀ ਮਸ਼ੀਨਰੀ ਲੱਗੀ ਸੀ ਸਵਾਰੋਂ ਮੈਂ ਬਲੌਗ ਬਣਾਇਆ ਸੀ ਰਜੇਵਿਆਂ 'ਚ ਇੰਨਾ ਉਲਝ ਗਏ ਵਿਆਹ ਸ਼ਾਦੀਆਂ ਸ਼ੋਆਂ ਦੇ ਵਿੱਚ ਇੰਨਾ ਉਲਝ ਗਏ ਅਤੇ ਪਾ ਨਹੀਂ ਸਕਿਆ ਬਲੌਗ ਅੱਜ ਮੈਂ ਫ੍ਰੀ ਸੀ ਸੋ ਮੈਂ ਬਲੌਗ ਐਡਿਟ ਕਰਕੇ ਤੁਹਾਨੂੰ ਦਿਖਾਉਣ ਲੱਗਾ ਮੇਰੇ 5-6 ਬਲੌਗ ਹੋਰ ਬਣੇ ਪਏ ਨੇ ਇਹ ਤੋਂ ਬਾਅਦ 3-4 ਬਲੌਗ ਹੋਰ ਆ ਜਾਣਗੇ ਵਧੀਆ ਵਧੀਆ ਠੀਕ ਹੈ ਜੀ ਸੋ ਮੈਂ ਕਿਹਾ ਜਦੋਂ ਬਣਾਇਆ ਤਾਂ ਅਪਲੋਡ ਕਰਨਾ ਚਾਹੀਦਾ ਜਾਂ ਤਾਂ ਬਣਾਉਂਦੇ ਨਾ ਹੈ ਨਾ ਚਲੋ ਸੋਰੀ ਹੈ ਬਾਬੇ ਉਹ ਕਾਫੀ ਦਿਨ ਬਲੌਗ ਨਹੀਂ ਆਏ ਕਾਫੀ ਦਿਨ ਕਿਹਾ ਮੈਨੂੰ ਲੱਗਦਾ 1.5-2 ਮਹੀਨੇ ਬਲੌਗ ਨਹੀਂ ਆਏ ਸੋ ਹੁਣ ਬਲੌਗ ਜਿਹੜੇ ਬਣੇ ਹੋਏ ਨੇ ਮੈਂ ਸਾਰੇ ਇਸ ਮਾਰਚ ਦੇ ਵਿੱਚ ਮੈਂ ਕੰਪਲੀਟ ਕਰੂੰਗਾ ਅਤੇ ਤੁਸੀਂ ਐਵੇਂ ਕਰੋ ਜਾ ਕੇ ਮਸ਼ੀਨਰੀ ਦੇਖਿਓ ਅਤੇ ਫਿਰ ਆਪਾਂ ਉਹ ਤੋਂ ਬਾਅਦ ਮੁਕਾਬ ਕਰਦੇ ਹਾਂ ਇਸ ਬਲੌਗ ਦਾ ਥੈਂਕ ਯੂ ਜੀ ਬਾਈ ਜੀ ਬਾਬਿਓ ਅਤੇ ਆਪਾਂ ਮੈਸੀ ਵਾਲਿਆਂ ਦੇ ਆ ਚੁੱਕੇ ਸੀਗੇ ਅਤੇ 72-50 ਮਾਡਲ ਹੈ ਜੀ ਇਹ 4x4 ਤੋਂ ਬਿਨਾਂ ਜੀ ਅਤੇ ਆਹ 254 ਮਾਡਲ ਆਇਆ ਨਵਾਂ ਇਹਨਾਂ ਦਾ 254 DI ਮੈਸੀ ਇਹਦੀ ਕੀਮਤ ਹੁਣ ਤਾਂ 10-35 ਹੈ ਡਿਸਕਾਊਂਟ ਕਰਕੇ 30,000 ਡਿਸਕਾਊਂਟ 9.85 ਦਾ ਇਹਦਾ ਮੇਲਾ ਰੇਟ ਰੱਖਿਆ ਹੋਇਆ ਜੀ ਪ੍ਰਾਈਜ਼ ਰੇਟ ਅਤੇ ਬਾਕੀ ਇਹ ਵੱਡੇ ਟਾਇਰ ਨੇ ਠੀਕ ਆ ਅਤੇ ਇੱਕ 254 ਹੈ ਇੱਕ 246 ਆ 246 ਥੋੜ੍ਹੀ ਜਿਹੀ ਪਾਵਰ ਘੱਟ ਜਾਂਦੀ ਆ ਮੈਨੂੰ ਬੰਪਰ ਬਹੁਤ ਸੋਹਣਾ ਲੱਗਿਆ ਯਾਰ ਆ ਕੇ ਨਾ ਉਹਦੇ 'ਤੇ ਥਾਰ ਜਿਵਾਂਗਾ ਬੰਪਰ ਬਣਾਉਣਾ ਇਹਦਾ ਪ੍ਰਾਈਜ਼ 9-40 9-10 ਤੱਕ ਦੇ ਦੇਣਗੇ ਪਰ ਮੇਰੇ ਹਿਸਾਬ ਨਾਲ ਯਾਰ ਪੈਸਿਆਂ ਦਾ 50-60 ਦਾ ਹੀ ਫਰਕ ਆ ਵੀ ਵੱਡੀ ਪਾਵਰ ਹੀ ਲਵੇ 254 ਹੀ ਲਵੇ ਮੇਰਾ ਓਪੀਨੀਅਨ ਇਹ ਕਹਿੰਦਾ ਤਾਂ ਪਾਵਰ ਬੜੀ ਹੋ ਗਈ ਟਾਇਰ ਵੱਡੇ ਹੋ ਗਏ ਮੁਰਲੇ ਉਹਦੇ ਟਾਇਰ ਵੀ ਛੋਟੇ ਨੇ ਅਤੇ ਟਾਇਰ ਵੀ ਬੜੇ ਨੇ ਮੁਰਲੇ ਇਹ 72-35 ਇਹ ਵੀ ਛੋਟਾ ਹੀ ਇਹ ਤਾਂ ਪੁਰਾਣੇ ਮਾਡਲ ਜਿਵੇਂ ਚੱਲਦੇ ਆਉਂਦੇ ਨੇ ਰੈਕ ਆ ਗਿਆ ਇਹਨਾਂ ਦਾ ਆਹ ਪਲਾਂਟਰ ਆ ਗਿਆ ਉਹਦੇ ਬਾਅਦ ਆਹ ਇੱਕ ਨਵਾਂ ਮਾਡਲ ਆਇਆ ਜੀ ਇਹਨਾਂ ਦਾ 80-55 ਕਿਆ ਹਾਲ ਹੈ ਜੀ ਬਹੁਤ ਵਧੀਆ ਜੀ 80-55 ਆਇਆ ਬੜੇ ਨਵਾਂ ਇਹਨਾਂ ਦਾ ਅਤੇ ਇਹ 8,60,000 ਦਾ 30,000 ਇਹ 'ਚ 4x4 ਵੀ ਹੈਗਾ ਜੀ ਆਹ ਮਾਡਲ ਦੇ ਵਿੱਚ 4x4 ਵੀ ਹੈਗਾ ਜੀ ਆਜੂਗਾ ਠੀਕ ਹੈ ਅਤੇ ਬਾਈ ਕਹਿੰਦੇ ਹਜੇ ਤਾਂ ਹੈ ਨਹੀਂ ਅਤੇ ਆਜੂਗਾ ਅਤੇ ਉਹ ਤੋਂ ਬਾਅਦ 254 ਮਾਡਲ ਆਹ ਲੁੱਕ ਦੇ ਵਿੱਚ ਵੀ ਹੈਗਾ ਅਤੇ ਸਿੰਪਲ ਲੁੱਕ 'ਚ ਵੀ ਹੈਗਾ ਅਤੇ ਆਹ 10-35 ਆ ਗਿਆ ਵੀਰੇ ਇਹ ਤਾਂ ਪੁਰਾਣੀ ਚੱਲਦਾ ਹੀ ਆਉਂਦਾ ਇਹਨਾਂ ਦਾ ਰੀਤ ਪੁਰਾਣੀ ਅਤੇ ਉਹ ਬਾਈ ਜੀ ਹੁਣ ਅਸੀਂ ਪਹੁੰਚ ਕੇ ਨਿਊ ਹੋਲੈਂਡ ਵਾਲਿਆਂ ਦੇ ਨਿਊ ਹੋਲੈਂਡ ਵਾਲੇ ਦੀ ਕੰਬਾਈਨ ਖੜ੍ਹੀ ਇੱਕ ਤਾਂ ਵੱਡੀ ਆਹ ਕਟਰ ਖੜ੍ਹਾ ਇਹਦਾ ਅਤੇ ਦੇਖੋ ਤੁਸੀਂ ਸਾਰੇ ਜਣੇ ਦੇਖ ਰਹੇ ਨੇ ਕੰਬਾਈਨ 'ਤੇ ਚੜ੍ਹ ਚੜ੍ਹ ਕੇ 56 ਯਾਰ ਮੈਨੂੰ ਬਾਲਾ ਘੈਂਟ ਟਰੈਕਟਰ ਲੱਗਦਾ ਯਾਰ ਇਹ ਬਾਲਾ ਸਿਰਾ ਟਰੈਕਟਰ ਲੱਗੀ ਜਾਂਦਾ ਮੈਨੂੰ ਇਹ ਲਵਾਂਗੇ ਇਹਨੂੰ ਆਪਾਂ ਕਿਸੇ ਟਾਈਮ 'ਚ ਅਤੇ 56 CRDI ਦੇ ਵਿੱਚ ਹੈ ਨਾ ਜੀ ਮੈਂ ਕਿਹਾ CRDI ਟਰੈਕਟਰ ਆ ਇਹ ਇਹ 56 CRDI ਟਰੈਕਟਰ ਬਹੁਤ ਸੋਹਣਾ ਯਾਰ ਮੇਰੇ ਵੀਡੀਓ 'ਚ ਅਤੇ ਲਓ ਜੀ ਬਾਬਿਓ 36 ਹੋਲੈਂਡ ਇਹ ਤਾਂ ਤੁਹਾਨੂੰ ਪਤਾ ਰਾਜਾ ਹੀ ਆ ਟਰੈਕਟਰਾਂ ਦਾ ਅਤੇ ਉਸ ਤੋਂ ਬਾਅਦ ਸਿੰਪਲ 36 ਸਪੈਸ਼ਲ ਇਹ ਸੁਪਰ ਪਲੱਸ ਆ ਇਹ ਹੈ ਨਾ ਸੁਪਰ ਪਲੱਸ ਨੂੰ ਵੀ ਛਤਰੀ ਆਉਣ ਲੱਗ ਗਈ ਹੋਣਾ ਨਾ ਇਹਨੂੰ ਆਉਂਦੀ ਨਹੀਂ ਸੀ ਪਹਿਲਾਂ ਇਹ ਸੁਪਰ ਪੰਪ ਆ ਜਿਹੜਾ ਮੈਨੂੰ ਲੱਗਦਾ ਇਹ ਮੈਕੋ ਪੰਪ ਹੁੰਦਾ ਹਾਂ ਜਿਹੜਾ ਖਿੱਚ ਕੇ ਬੰਦ ਹੁੰਦਾ ਮੈਕੋ ਪੰਪ ਆ ਹੈ ਨਾ ਜੀ ਇਹ ਮੈਕੋ ਪੰਪ ਆ ਬਾਕੀ ਉਹ ਜਿਹੜਾ 36 ਆ ਰੂਟਰੀ ਜਿਹੜਾ ਸਪੈਸ਼ਲ ਡੀਸ਼ਨ ਆ ਉਹ ਰੂਟਰੀ ਪੰਪ ਆ ਇਹ ਰੂਟਰੀ ਪੰਪ ਆ ਇਹ ਚਾਬੀ ਨਾਲ ਬੰਦ ਹੁੰਦਾ ਇਹਦੇ ਉਹ ਹੈ ਨਹੀਂ ਇਹਦੇ ਉਰੇ ਹੈ ਨਹੀਂ ਹੋ ਜਗਾੜ ਜਾ ਸਿੱਧਾ ਚਾਬੀ 'ਤੇ ਹੀ ਬੰਦ ਹੋ ਜਾਂਦਾ ਜੇ ਬਾਕੀ ਆਹ ਕਿਹੜਾ ਟਰੈਕਟਰ ਆ ਇਹ ਮੈਨੂੰ 36 ਓਕੇ ਵੀਰੇ ਫਿਰ ਮਿਲਦੇ ਹਾਂ ਬਲੌਗ ਬਣਾ ਲਿਆ ਬਾਈ ਜੀ ਹੋਲੈਂਡ ਵਾਲਿਆਂ ਦੀ ਆਪਾਂ ਕਵਰੇਜ ਕਰ ਲਈ ਆ ਅਤੇ ਹੁਣ ਆਪਾਂ ਜੰਡੂ ਵਾਲਿਆਂ ਦੇ ਚੱਲੀਏ ਹਲ ਬਣਾ ਤੇ ਬਾਈਆਂ ਨੇ ਇਹ ਹੈਗੇ ਨੇ 21 ਦੇ ਅੱਛਾ 21 ਹਲ ਨੇ ਹੈ 21 ਹਲ ਨੇ ਕਿੰਨੇ ਦੇ ਬਾਈ ਜੀ ਪੈ ਜਾਣਗੇ 1-25 ਦੇ ਨੇ
जलंधर कि नहीं जाने तविया जिंदरा थानू पता ही जविया जिंदरा कि अच्छा 32,000 का ठीक है ठीक है ट्राली देखो बी जी छोटी जी ट्राली बनाई है छोटी जी ए नवी बनाई है पहला बिना जैक वाली होंगी थी होनी फिर पिछले साल ओके काम आ बनाई एक ट्राली है आ किन्ने फुटी आ जी 26-8 गुणा दो आ छब ए क्या मतलब होया 26 तो लंबी होगी 8 गुणा च 2 का चढ़ाई होगी 8 का 2 फिर26 फुटी ट्राली आ जी 31 बनानी थी बनाती हो तीन नब्बे दिया दे देंगे ठीक है सारा कंप्लीट सैट करके है क्या हाल आ वधिया तू दस तो बाकी चलो तविया वगैरह तो नॉर्मल चीज़ा तो चली हो जाए है ना 1-25 दियाँ ने बरे 10-10 दियाँ सुनता महंगा बहुत है हूँ 1-20 दियाँ ने 9-9 दियाँ आ 42,000 दी ने कद्दू वाली टविया आ जिंदा किन्ने दा जिंदा 18,000 दा ऐ तो 10,000 दा भी मिल जाता कितने पर क्वालिटी का भाई फर्क होंगे हाँ फर्क होंगे रंग का फर्क होंगे लोहे का फर्क है ਦੇਣ ਨੂੰ ਤਾਂ ਚਾਹੇ ਆਹ ਟਰਾਲੀ ਵੀ 5 ਲੱਖ ਦੀ ਬਣ ਜੂਗੀ ਪਰ ਨਹੀਂ ਵੀਰੇ ਹਾਂ ਹਰੇਕ ਦੇ ਆਪਣਾ ਹੁੰਦਾ ਕੁਆਲਿਟੀ ਦਾ ਫਰਕ ਹੁੰਦਾ ਕੁਆਲਿਟੀ ਦਾ ਮੁੱਲ ਹੁੰਦਾ ਹੌਲੀ ਦਾ ਭਾਰੀ ਬਹੁਤ ਆ ਟਰਾਲੀ ਨਿੱਕਰ ਬਹੁਤ ਜ਼ਿਆਦੇ ਆ ਇਹਦਾ ਕਿੰਨਾ ਵਜ਼ਨ ਹੋਊਗਾ ਟਰਾਲੀ ਦਾ 50 ਤੋਂ ਉੱਪਰ ਆਏ ਟਰਾਲੀ ਦਾ ਵਜ਼ਨ 26-ਫੁੱਟੀ ਟਰਾਲੀ ਆ ਤੁਸੀਂ ਟਰਾਲੀ ਦੇਖੋ ਤੁਸੀਂ ਸੋਹਣੀ ਵੀ ਰੰਗ ਇਹ ਨਵਾਂ ਚੱਲਿਆ ਮਿਲਟਰੀ ਕਲਰ ਜਾ ਹੁਣ ਬਹੁਤ ਸੋਹਣਾ ਲੱਗਦਾ नवी लुक आ गई हुण तां पुराना नहीं हुण इह तां 60-55 देखो तुसीं कितना 60-65 वर्ल्ड मैक्स नाम रख्या दा सारा लुक भी चेंज कर लुक वैसे सोहनी लग रही है यार कोल खड़ के माड़ा ही लग रहा ट्रैक्टर सोहनी लग रही है फार्म ट्रैक की 60-65 ट्रैक्टर जी यदा प्लेटफॉर्म भी पद्धर प्लेटफॉर्म पद्धर हो गया हूँ पूरा वधिया 60 खड़ा राजा जी ट्रैक्टर का राजा 60 तो आ कि 60-55 4x4 के 60-55 है 60-55 CRDI इंजन है वीरे घेंट लगता यार ट्रैक्टर बाकी जुमस जहा लगता जुमस यार नवी जी चीज कढ़दे आ 60 वाली देखो बहुत सोहना लगता यार सीरियसली मेरे वीडियो जचे ना जचे बाद की गल है पर रियल बहुत सोहना लग रहा है नवी जी चीज आ नवी जी चीज़ आ बहुत सोहनी लग रही है 60 आ नव हूँ देख लो अज के टाइम का 60 आ गया
ਤਾਂ ਪੁਰਾਣੇ ਮਾਡਲ ਇਹ ਆਪਣੇ ਵਾਲਾ ਮਿਲ ਗਿਆ ਇਹ ਆਪਣੇ ਵਾਲੇ ਨਾਲ ਦਾ ਹਾਂ ਵਧੀਆ ਵੀਰ ਵਧੀਆ ਆਓ ਜੀ ਜੌਂਡੀਅਰ ਵਾਲਿਆਂ ਦੀ ਕੰਬਾਈਨ ਸਾਨੂੰ ਦਿਖਾ ਦਈਏ ਫਿਰ ਅੱਜ ਨਿੱਕੇ ਕੰਬਾਈਨ ਦਿਖਾਉਣੀਆਂ ਨਿੱਕੇ ਦਿਖਾਉਣੀਆਂ ਪਰ ਸਰੇ ਵਾਲੀ ਦਿਖਾਉਣੀਆਂ ਸਰੇ ਵਾਲੀ ਝੋਟੀ ਦੀ ਤੁਹਾਨੂੰ ਮੈਂ ਇੱਕ ਹੋਰ ਗੱਲ ਇੱਕ ਜਾਣਕਾਰੀ ਮੈਂ ਦੇ ਦਿੰਦਾ ਜੌਂਡੀਅਰ ਦੀ ਫੈਕਟਰੀ ਤਾਂ ਚਲੋ ਬਾਹਰ ਉੱਧਰ ਪੂਨੇ ਵੱਲ ਹੈ ਪਰ ਜਿਹੜੀ ਜੌਂਡੀਅਰ ਦੀ ਕੰਬਾਈਨ ਹੈ ਉਹ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਪਲਾਂਟ ਹੈ ਪਟਿਆਲੇ ਤੋਂ ਸਰਹੰਦ ਰੋਡ ਨੂੰ ਜਦੋਂ ਜਾਂਦੇ ਹਾਂ ਆਪਾਂ ਉਸ ਰੋਡ ਦੇ ਉੱਤੇ ਪਲਾਂਟ ਹੈ ਜਿੱਥੇ ਜੌਂਡੀਅਰ ਕੰਬਾਈਨ ਬਣਦੀ ਆ ਆਪਣੇ ਕੋਲੇ ਬਣਦੀ ਹੈ ਜੌਂਡੀਅਰ ਦੀ ਕੰਬਾਈਨ ਪਰ ਯਾਰ ਰੰਗੇ ਦੇਖਦਾ ਸੀ ਰੰਗੇ ਤੋਂ ਦੇਖ ਕਿੰਨਾ ਸੋਹਣਾ ਹੋਇਆ ਹੋਇਆ हमारे खेतों की उत्पादकता तेज गति से बढ़ रही है पर कटाई का सीजन छोटा होता जा रहा है इस समय में मजदूरों की कमी और मैनुअल काम से बचने के लिए जरूरत एक अधिक क्षमता और एफिशिएंसी वाले कंबाइन हार्वेस्टर की जॉन्डियर लेकर आया है लुक पे रंगे दियो क्वालिटी बहुत मैं कहना कोई मुकाबला नहीं रंगे की क्वालिटी जिड्डी मर्जी कोई कंपनी आ जाए इन्होंने रंग का मुकाबला नहीं कर सकते इस कंबाइन हार्वेस्टर में गेहूं धान मक्का बहुत सोहनी कंबाइन अलसी दाल जिससे कई सारी फसलों की कटाई आसानी से हो जाती है बाकी चैनी वाले का रीपर खड़ा बरे आओ जी कंबाइन बहुत सोहनी कंबाइन है भाई जौंडियर वालों की देखियो जी इधर दीवान इस रंधे बनती है मेरे कंबाइन ये बहुत सोहनी कंबाइन है इन्हों की भी भाई बहुत सोहनी कंबाइन अपने चलो सपोर्ट भी करनी चाहिए अपने एरिए दे बंदे नू दीवान मैं कदे मिलिया गिलिया तो है नहीं तो हूँ कंबाइन वधिया इन्हों की सुने दीवान वाले सरहंदे बनती है मेरे कंबाइन जी टी रोड के उत्ते हाँ जी बाबे उम्मीद करना तुम देख आए होंगे मशीनरी सारी सो माफ़ी चाहना ब्लॉग बहुत ज़्यादा लेट आया सो आप मोटर से स्परे कराई जाते स्परे वाला ब्लॉग अगले इंच आऊगा तो बस एवं साढ़े ब्लॉग देखते रहो ब्लॉगों को लाइक कर दो हूँ ना बाबे काफ़ी देर बाद ब्लॉग पाए ने एक बार शेयर जरूर कर दौ कमेंट ना दब के कर दौ सारे जने ताकि ब्लॉग अपने उपर आ सकन एक बार दब के कमेंट कर दौ तो आप सू जो ब्लॉग सारे बने हुए हैं मैं पा देव सारे अपलोड कर देव डे बाय डे सो जुड़े रहो अपने ब्लॉगों के स्परे वाला ब्लॉग अगले ब्लॉगों तुम देखने को मिलेगा थैंक यू जी।